ਬਬਿਤਾ ਹੈ ਵਿਕਟੋਰੀਆ ਪਬਲਿਕ ਸਕੂਲ ਦੀ ਟੀਚਰ ਹਾਂ ਇੱਥੇ ਰੋਟਰੀ ਕਲੱਬ ਦੇ ਵੱਲੋਂ ਇੱਕ ਕੈਂਪ ਲਗਾਇਆ ਹੋਇਆ ਜਿਹਦੇ ਵਿੱਚ ਅਸੀਂ ਕੋਵਿਡ 19 ਦੇ ਟੈਸਟਿੰਗ ਹੋ ਰਹੀ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਸਾਡੇ ਸਕੂਲ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਅਤੇ ਮੈਂ ਤਾਂ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਹੀ ਇਹ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਵੀ ਸੇਫ ਰੱਖ ਸਕੀਏ ਅਤੇ ਆਪਣੇ ਪਰਿਵਾਰ ਨੂੰ ਵੀ ਸੇਫ ਰੱਖ ਸਕਦਾ ਇਹ ਜਿਹੜੀ ਸਰਕਾਰ ਦੀਆਂ ਹਦਾਇਤਾਂ ਉਹਨਾਂ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਇਹ ਟੈਸਟ ਜਿਹੜਾ ਹੈ ਜ਼ਰੂਰੀ ਆ ਕਰਵਾਉਣਾ ਅਤੇ ਉਹਨਾਂ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਆਪਣਾ ਟੈਸਟ ਕਰਾਓ ਅਤੇ ਜੋ ਕੋਈ ਵੀ ਇਸ ਰੋਟਰੀ ਕਲੱਬ ਦੇ ਅਕੋਰਡਿੰਗ ਟੈਸਟ ਕਰਾਉਣਾ ਚਾਹੁੰਦਾ ਤਾਂ ਇੱਥੇ ਸਕੂਲ 'ਚ ਆ ਕੇ ਟੈਸਟ ਕਰਵਾ ਸਕਦਾ ਲੋਕਾਂ ਨੇ ਅੱਜ ਕੱਲ੍ਹ ਜਿਹੜੀਆਂ ਅਫਵਾਹਾਂ ਫੈਲੀਆਂ ਹੋਈਆਂ ਕਿ ਹੋਸਪਿਟਲਾਂ 'ਚ ਲੈ ਜਾਂਦੇ ਆ ਕਿਡਨੀਆਂ ਕੱਢ ਲੈਂਦੇ ਆ ਇਹ ਕੱਢ ਲੈਂਦੇ ਉਹਦੇ ਕਰਕੇ ਲੋਕਾਂ 'ਚ ਬਹੁਤ ਜ਼ਿਆਦਾ ਡਰ ਫੈਲਿਆ ਹੋਇਆ ਇਸ ਚੀਜ਼ ਮੇਰੇ ਖਿਆਲ 'ਚ ਤਾਂ ਇਹ ਹੀ ਹੈ ਕਿ ਇਸ ਤੋਂ ਅੱਧੀਆਂ ਤਾਂ ਜ਼ਿਆਦਾ ਅਫਵਾਹਾਂ ਹੀ ਨੇ ਲੋਕਾਂ ਨੂੰ ਜ਼ਿਆਦਾ ਯਕੀਨ ਨਹੀਂ ਕਰਨਾ ਚਾਹੀਦਾ ਅਗਰ ਲੋਕਾਂ ਨੂੰ ਆਪਣੇ ਹੋਰ ਵੀ ਵੈਸੇ ਘਰੇਲੂ ਬਹੁਤ ਸਾਰੇ ਇਲਾਜ ਹੈ ਜਿਹਦੇ ਦੁਆਰਾ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ ਅਗਰ ਲੋਕਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਫਿਰ ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਫਿਰ ਉਹਨਾਂ ਨੂੰ ਇੱਕ ਵਾਰੀ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ ਅੱਜ ਅਸੀਂ ਇਹ ਕੋਵਿਡ 19 ਫ੍ਰੀ ਟੈਸਟਿੰਗ ਕੈਂਪ ਲਗਾਇਆ ਗਿਆ ਸਿਹਤ ਵਿਭਾਗ ਦੀ ਟੀਮ ਸਾਡੇ ਸਕੂਲ ਦੇ ਵਿੱਚ ਆਈ ਹੋਈ ਹੈ ਅਤੇ ਅੱਜ ਅਸੀਂ ਆਪਣੇ ਸਾਰੇ ਟੀਚਰਸ ਦੇ ਕੋਵਿਡ 19 ਦੀ ਟੈਸਟਿੰਗ ਕਰਵਾਈ ਹੈ ਅਤੇ ਰੋਟਰੀ ਕਲੱਬ ਪਾਤਰਾ ਨੇ ਇਹ ਕੈਂਪ ਹੈ ਜਿਹੜਾ ਔਰਗੇਨਾਈਜ਼ ਕੀਤਾ ਅਤੇ ਉਹਨਾਂ ਦੇ ਮੈਂਬਰਸ ਨੇ ਵੀ ਟੈਸਟਿੰਗ ਕਰਾਈ ਹੈ ਤਾਂ ਅਸੀਂ ਇੱਕ ਸਮਾਜ ਨੂੰ ਇਹ ਸੇਧ ਦੇਣਾ ਚਾਹੁੰਦੇ ਹਾਂ ਕਿਉਂਕਿ ਟੀਚਰ ਇੱਕ ਰੋਲ ਮਾਡਲ ਹੁੰਦਾ ਹੈ ਵਿਕਟੋਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਤਰਾ ਦਾ ਪਹਿਲਾ ਪ੍ਰਾਈਵੇਟ ਸਕੂਲ ਹੈ ਜਿਸ ਦੇ ਸਾਰੇ ਸਟਾਫ ਨੇ 100% ਟੈਸਟਿੰਗ ਕਰਵਾ ਕੇ ਇੱਕ ਸਮਾਜ ਨੂੰ ਸੇਧ ਦਿੱਤੀ ਹੈ ਜਿਸ ਦੇ ਨਾਲ ਹੀ ਰੋਟਰੀ ਕਲੱਬ ਅਤੇ ਉਹਨਾਂ ਦੇ ਮੈਂਬਰਸ ਨੇ ਵੀ ਸਾਰੇ ਮੈਂਬਰਸ ਨੇ ਅੱਜ ਇੱਥੇ ਟੈਸਟਿੰਗ ਕਰਾਈ ਹੈ ਤਕਰੀਬਨ 100 ਦੇ ਕਰੀਬ ਟੈਸਟ ਹੈ ਜਿਹੜੇ ਉਹ ਹੋ ਚੁੱਕੇ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਡੇਲੀ ਕਿਤੇ ਨਾ ਕਿਤੇ ਟੀਮਸ ਟੈਸਟਿੰਗ ਲਈ ਜਾਂਦੇ ਆ ਪਰ ਲੋਕ ਰਿਫਿਊਜ਼ ਕਰ ਦਿੰਦੇ ਆ ਉਹਨਾਂ ਦੇ ਵਿੱਚ ਡਰ ਹੈ ਸਹਿਮ ਹੈ ਤਾਂ ਅੱਜ ਟੀਚਿੰਗ ਕਮਿਊਨਿਟੀ ਨੇ ਅੱਗੇ ਆ ਕੇ ਅਤੇ ਸਮਾਜ ਸੇਵੀਆਂ ਨੇ ਰੋਟਰੀ ਕਲੱਬ ਨੇ ਅੱਗੇ ਆ ਕੇ ਸਮਾਜ ਦੇ ਲਈ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਆਪਾਂ ਜਿਹੜੀ ਇਹ ਟੈਸਟਿੰਗ ਹੈ ਜੇ ਕਰਾਵਾਂਗੇ ਤਾਂ ਹੀ ਕੋਵਿਡ 19 ਪੈਂਡੇਮਿਕ ਜੋ ਬਿਮਾਰੀ ਚੱਲ ਰਹੀ ਹੈ ਇਸ ਨੂੰ ਜੇ ਦੂਰ ਕਰਨਾ ਤਾਂ ਟੈਸਟਿੰਗ ਸਭ ਤੋਂ ਪਹਿਲਾਂ ਜੇ ਬਿਮਾਰੀ ਆਪਾਂ ਨੂੰ ਸ਼ੁਰੂ ਦੇ ਵਿੱਚ ਹੀ ਪਤਾ ਲੱਗ ਗਿਆ ਕਿ ਸਾਨੂੰ ਇਹ ਪ੍ਰੋਬਲਮ ਹੈ ਤਾਂ ਇਹ ਬਿਮਾਰੀ ਕੁਛ ਵੀ ਨਹੀਂ ਤਾਂ ਸਮਾਜ ਨੂੰ ਅਸੀਂ ਇਹੀ ਸੇਧ ਦੇਣਾ ਚਾਹੁੰਦੇ ਹਾਂ ਵੀ ਇਸੇ ਤਰ੍ਹਾਂ ਹੀ ਆਪਾਂ ਆਪਣੀ ਸਾਰੇ ਪਰਿਵਾਰ ਦਾ ਬੱਚਿਆਂ ਦਾ ਟੈਸਟ ਪੂਰੇ ਹੌਸਲੇ 'ਚ ਵੱਧ ਚੜ੍ਹ ਕੇ ਆਪਣਾ ਕਰਵਾਈਏ ਅਤੇ ਜੋ ਹੈਲਥ ਟੀਮਸ ਚੈਕਿੰਗ ਲਈ ਆਉਂਦੀਆਂ ਨੇ ਟੈਸਟ ਕਰਵਾਈਏ ਹਾਂਜੀ ਪੰਜਾਬ ਸਰਕਾਰ ਨੇ ਇਸ ਮੁਹਿੰਮ ਦੇ ਤਹਿਤ ਅਸੀਂ ਆਪਣੇ ਰੋਟਰੀ ਕਲੱਬ ਵੱਲੋਂ ਇਹ ਕੋਵਿਡ 19 ਟੈਸਟਿੰਗ ਦਾ ਕੈਂਪ ਲਗਾਇਆ ਹੈ ਇਸ ਵਿੱਚ ਅਸੀਂ 100 ਦੇ ਕਰੀਬ ਦਾ ਸੈਂਪਲ ਟੈਸਟ ਕਰਵਾਇਆ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰੋ ਅਤੇ ਹਰੇਕ ਸ਼ਹਿਰ ਨਿਵਾਸੀ ਆਪਣਾ ਕੋਵਿਡ 19 ਟੈਸਟ ਹੈ ਜੋ ਕਰਵਾਓ ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ